ਮੈਨੂੰ ਕੋਈ ਮਤਲਬ ਕਿ ਗਿਲਾ ਸ਼ਿਕਵਾ ਨਹੀਂ ਕਿ ਮੇਰੇ ਮੁੰਡਾ ਨਹੀਂ ਹੈ, ਮੇਰੀ ਧੀਆਂ ਹੀ ਮੇਰੇ ਪੁੱਤਰਾਂ ਦੇ ਬਰਾਬਰ ਹੈ। ਅੱਜ ਦੇ ਦੌਰ 'ਚ ਆਪਾਂ ਦੇਖਦੇ ਹਾਂ ਕਿ ਬੱਚੇ ਕਹਿੰਦੇ ਕਿ ਪਾਪਾ ਮੈਨੂੰ ਆਹ ਚਾਹੀਦਾ, ਮੈਨੂੰ ਇੰਨੀ ਪੋਕਟ ਮਨੀ ਚਾਹੀਦੀ ਹੈ। ਤੁਹਾਡੇ ਮਾਇੰਡ 'ਚ ਕਿਵੇਂ ਆਇਆ ਕਿ ਮੇਰੇ ਪਰਿਵਾਰ ਦੀ ਹਾਲਤ ਇਸ ਵਕਤ ਠੀਕ ਨਹੀਂ ਅਤੇ ਮੈਂ ਨਾਲ ਖੜਨਾ? ਹਾਂਜੀ, ਉਹੀ ਸੇਵਿੰਗ ਥੋੜ੍ਹੇ ਥੋੜ੍ਹੇ ਕਰਕੇ ਖਤਮ ਹੁੰਦੀ ਜਾਂਦੀ। ਪਾਪਾ ਦੇ ਚਿਹਰੇ 'ਤੇ ਵੀ ਟੈਨਸ਼ਨ ਸੀ, ਫਿਰ ਸੋਚਿਆ ਕਿ ਆਪਣੀ ਫੈਮਿਲੀ ਲਈ ਕੁਛ ਕੀਤਾ ਜਾਏ। ਬਾਕੀ ਬਹੁਤ ਪਰਿਵਾਰ ਐਸੇ ਹੈਗੇ ਆ ਜਿਨ੍ਹਾਂ 'ਚ ਮਤਲਬ ਕਿ ਦੇਖਿਆ ਹੈ ਕਿ ਜਿਵੇਂ ਇਹਦੀ ਫਰੈਂਡ ਹੈਗੀ ਹੈ ਤਾਂ ਉਹਨੇ ਕਹਿੰਦੀ ਹੈ ਕਦੀ ਵੀ ਸਾਡੇ ਕੇਕ ਦੇ ਉੱਤੇ ਨਾਮ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਇੱਕ ਭਰਾ ਹੈ ਤਾਂ ਉਹਦਾ ਹੀ ਕੇਕ ਆਉਂਦਾ। ਗੁਰੂ ਨਾਨਕ ਦੇਵ ਜੀ ਕਹਿ ਗਏ ਆ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਅਤੇ ਅਸੀਂ ਇਹਨਾਂ ਨੂੰ ਮੰਦਾ ਕਿਵੇਂ ਕਹਿ ਸਕਦੇ ਹਾਂ? ਧੀਆਂ ਰਾਜਿਆਂ ਵਰਗੀਆਂ ਹੀ ਵੈਸੇ। ਹਾਂਜੀ, ਧੀਆਂ ਰਾਜੇ ਵਰਗੀਆਂ ਜੀ, ਰਾਜੇ ਬਣਾ ਦਿੰਦੀਆਂ ਜੀ। ਜਿਸ ਘਰ ਪੈਦਾ ਹੁੰਦੀਆਂ ਉਹਨੂੰ ਵੀ ਰਾਜਾ ਬਣਾ ਦਿੰਦੀਆਂ ਅਤੇ ਜਿਸ ਘਰ ਜਾਂਦੀਆਂ ਉਹਨੂੰ ਵੀ ਰਾਜਾ ਬਣਾ ਦਿੰਦੀਆਂ ਜੀ। ਮੇਰੇ ਮੰਮਾ ਭਠੂਰੇ ਬਣਾਉਂਦੇ ਆ, ਪਾਪਾ ਭਠੂਰੇ ਤਲਦੇ ਆ, ਅਤੇ ਛੋਟੇ ਛੋਟੇ ਜਿਵੇਂ ਚਟਨੀ ਪੈਕ ਕਰਨਾ, ਚਟਨੀ ਪਿਆਜ਼ ਭੈਣਾਂ ਕਰਦੀਆਂ ਨੇ, ਫੋਨ ਅਟੈਂਡ ਮੈਂ ਕਰਦੀ ਹਾਂ, ਜਿਵੇਂ ਹੋਰ ਵੀ ਛੋਟੇ ਛੋਟੇ ਮਤਲਬ ਕੰਮ ਹੁੰਦੇ ਦਾਦੀ ਮੰਮਾ ਵੀ ਹੈਲਪ ਕਰਾਉਂਦੇ ਆ। ਹਾਂਜੀ, ਮੈਨੂੰ ਪਹਿਲੇ ਕਈ ਕਹਿੰਦੇ ਵੀ ਤੇਰੇ ਮੁੰਡਾ ਨਹੀਂ ਹੈਗਾ, ਕੁੜੀਆਂ ਕੁੜੀਆਂ। ਮੈਂ ਕਹਿੰਦਾ ਜੀ ਚਲੋ ਕੋਈ ਗੱਲ ਨਹੀਂ, ਕੁੜੀਆਂ ਹੈਗੀਆਂ, ਘੱਟੋ ਘੱਟ ਪੀ ਕੇ ਗਾਲਾਂ ਤਾਂ ਨਹੀਂ ਕੱਢਣਗੀਆਂ। ਅੱਜ ਕੱਲ੍ਹ ਤਾਂ ਬਾਹਲੇ ਘਰਾਂ 'ਚ ਦਾਦੀ ਕਲੇਸ਼ ਇਸ ਗੱਲੋਂ ਆ ਵੀ ਦਾਦੀ ਕਹਿੰਦੀ ਮੈਨੂੰ ਪੋਤੇ ਦਾ ਮੂੰਹ ਦਿਖਾਓ, ਪੋਤੇ ਦਾ ਮੂੰਹ ਦਿਖਾਓ। ਮੈਨੂੰ ਕੋਈ ਨਹੀਂ ਆ, ਮੈਨੂੰ ਜਦੋਂ ਵੀ ਇਹ ਬੇਟੀ ਹੋਈ ਆ ਮੈਨੂੰ ਸਗੋਂ ਖੁਸ਼ੀ ਹੋਈ ਆ, ਗਮੀ ਨਹੀਂ ਹੋਈ, ਖੁਸ਼ੀ ਹੋਈ ਆ। ਸਗੋਂ ਸਾਡੇ ਆਸ ਪੜੋਸ ਵਾਲਿਆਂ ਨੇ ਕਿਹਾ ਵੀ ਬੇਟੀ ਆ ਗਈ, ਮੈਂ ਕਿਹਾ ਕੋਈ ਗੱਲ ਨਹੀਂ, ਲਕਸ਼ਮੀ ਆਈ ਆ। ਕਦੀ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਪਰਮਾਤਮਾ ਅਗਰ ਇੱਕ ਰਾਹ ਬੰਦ ਕਰਦਾ ਅਤੇ 10 ਹੋਰ ਖੋਲਦਾ, ਬਸ ਸਹੀ ਪਹਿਚਾਣ ਤੁਸੀਂ ਕਰਨੀ ਹੁੰਦੀ ਹੈ। ਅਤੇ ਜਦੋਂ ਬੰਦੇ ਕੋਈ ਆਪਸ਼ਨ ਹੋਏ ਨਾ ਤਾਂ ਜੋ ਵੀ ਆਪਸ਼ਨ ਮਿਲੇ ਉਹਨੂੰ ਕਰ ਲਏ, ਇਹ ਨਾ ਦੇਖੇ ਕਿ ਇਹ ਕੰਮ ਛੋਟਾ ਹੈ ਵੱਡਾ ਹੈ। ਪਰਮਾਤਮਾ ਨੇ ਕਿੱਥੇ ਕਿਵੇਂ ਕੀ ਖੇਡ ਰਚਾਈ ਹੈ ਸਾਨੂੰ ਨਹੀਂ ਪਤਾ। ਪਰਿਵਾਰਕ ਰਿਸ਼ਤਿਆਂ ਦਾ ਆਨੰਦ ਕੀ ਹੁੰਦਾ ਹੈ ਇਹ ਵੀਡੀਓ 'ਚ ਯਕੀਨ ਕਰੋ, ਜੇ ਤੁਸੀਂ ਵੀਡੀਓ ਸਾਰੀ ਦੇਖੋਗੇ ਤਾਂ ਇਹ ਆਨੰਦ ਤੁਸੀਂ ਵੀ ਮਾਣੋਗੇ ਅਤੇ ਅਸਲੀਅਤ ਸਮਝੋਗੇ ਕਿ ਆਖਰ ਰਿਸ਼ਤੇ ਹੁੰਦੇ ਕੀ ਨੇ, ਇੱਕ ਦੂਜੇ ਨਾਲ ਕਿਵੇਂ ਜੁੜੇ ਨੇ, ਕੰਮ ਕਿਵੇਂ ਆਉਂਦੇ ਨੇ। ਇੱਕ ਉਦਾਹਰਣ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ, ਇਹ ਬੱਲੇ ਬੱਲੇ ਫੂਡ ਹੈ। ਜੇ ਬਟਾਲੇ ਦੇ ਵਿੱਚ ਗੱਲ ਕਰੀਏ ਤਾਂ ਬੱਲੇ ਬੱਲੇ ਬ੍ਰਾਂਡ ਬਣ ਚੁੱਕਾ ਹੈ, ਪੂਰੀ ਬੱਲੇ ਬੱਲੇ ਆ ਇਹਨਾਂ ਦੀ। ਕਿਵੇਂ ਬੱਲੇ ਬੱਲੇ ਹੋਣ ਦੇ ਵਿੱਚ ਆਇਆ, ਆਖਰ ਕੀ ਕਹਾਣੀ ਕੀ ਹੈਗੀ, ਸਾਰੀ ਗੱਲਬਾਤ ਕਰਾਂਗੇ। ਇਹਨਾਂ ਨੂੰ ਵੀ ਤੁਸੀਂ ਦੇਖਿਆ ਇਹ ਚਣੇ ਗਰਮ ਕਰ ਰਹੇ ਨੇ ਇਸ ਵਕਤ, ਅਤੇ ਬਾਈ ਜੀ ਨੇ ਆ ਜਾਓ ਅੱਗੇ। 3 ਧੀਆਂ ਨੇ ਇਹਨਾਂ ਦੀਆਂ ਜਿਹੜੀਆਂ ਕਿ ਪੁੱਤਾਂ ਤੋਂ ਵੀ ਵੱਧ ਕੇ, ਜਦੋਂ ਹਜ਼ਾਰਾਂ ਦਾ ਪੈਕੇਜ ਸੀਗਾ, ਜਦੋਂ ਲੋਕਡਾਊਨ ਦੇ ਵਿੱਚ ਨੌਕਰੀ ਨਹੀਂ ਰਹੀ ਤਾਂ ਇੰਨਾ ਵਧੀਆ ਰਾਹ ਦਿਖਾਇਆ ਧੀਆਂ ਨੇ ਕਿ ਅੱਜ ਪੂਰੇ ਮਾਣ ਨਾਲ ਕਹਿੰਦੇ ਨੇ ਕਿ ਇਹ ਪੁੱਤਾਂ ਤੋਂ ਵੱਧ ਕੇ। ਹਾਂਜੀ, ਪੁੱਤਾਂ ਤੋਂ ਵੱਧ ਕੇ ਆ। ਮੈਨੂੰ ਕੋਈ ਮਤਲਬ ਕਿ ਗਿਲਾ ਸ਼ਿਕਵਾ ਨਹੀਂ ਕਿ ਮੇਰੇ ਮੁੰਡਾ ਨਹੀਂ ਆ, ਮੇਰੀ ਧੀਆਂ ਹੀ ਮੇਰੇ ਪੁੱਤਰਾਂ ਦੇ ਬਰਾਬਰ ਹੈ। ਇੱਕ ਵਾਰੀ ਕਹਾਣੀ ਜ਼ਰੂਰ ਦੱਸੋ, ਕਿਉਂਕਿ ਜਦੋਂ ਇੱਕ ਮੋੜ ਆ ਜਾਂਦਾ ਲਾਈਫ ਦੇ ਵਿੱਚ, ਤੁਹਾਡੀ ਬਹੁਤ ਸੋਹਣੀ ਜੋਬ ਸੀਗੀ ਲੋਕਡਾਊਨ 'ਚ ਚਲੇ ਗਈ, ਸੇਵਿੰਗਸ ਵੀ ਤੁਸੀਂ ਦੱਸ ਦਿਓ ਸਾਰੀਆਂ ਚਲੇ ਗਈਆਂ। ਹਾਂਜੀ, ਮੈਂ ਇੰਟੀਰੀਅਰ ਕੰਪਨੀ 'ਚ ਪ੍ਰੋਜੈਕਟ ਹੈਡ ਹੈਗਾ ਸੀ ਅਤੇ ਕਾਫੀ ਅੱਛੀ ਜੋਬ ਸੀ, ਸੈਲਰੀ ਵੀ ਅੱਛੀ। ਅਤੇ ਲੋਕਡਾਊਨ ਕਰਕੇ ਸਾਡੀ ਕੰਪਨੀ ਬਣਾਉਂਦੀ ਇੰਟੀਰੀਅਰ ਕਮਰਸ਼ੀਅਲ ਆਫਿਸ ਬਣਾਉਂਦੀ ਸੀ, ਕਮਰਸ਼ੀਅਲ ਆਫਿਸ ਬਣਾ ਜਿਹੜਾ ਵਰਕ ਫਰੋਮ ਹੋਮ ਹੋ ਗਿਆ ਕਰੋਨਾ ਕਰਕੇ, ਅਤੇ ਆਫਿਸ ਬਣਨੇ ਬੰਦ ਹੋ ਗਏ। ਅਤੇ ਹੌਲੀ ਹੌਲੀ ਸਾਡੀ ਕੰਪਨੀ ਨੇ ਸੈਲਰੀ 50% ਕੀਤੀ, ਫਿਰ 70 ਕਟੌਤੀ ਦੀ, ਅਤੇ ਬਾਅਦ 'ਚੋਂ ਕੰਪਨੀ ਬੰਦ ਹੋ ਗਈ। ਅਤੇ ਸਾਨੂੰ ਵੀ ਅੰਦਾਜ਼ਾ ਨਹੀਂ, ਨਾ ਕਿਸੇ ਨੂੰ ਅੰਦਾਜ਼ਾ ਸੀ ਕਿ ਵੀ ਕਰੋਨਾ ਇੰਨਾ ਲੰਬਾ ਚੱਲੇਗਾ। ਜੋ ਸਾਡੀ ਸੇਵਿੰਗ ਅਸੀਂ ਪਹਿਲੇ ਵਾਂਗੂ ਹੀ ਖਰਚ ਕਰਦੇ ਰਹੇ, ਤਾਂ ਸਾਲ ਡੇਢ ਸਾਲ 'ਚ ਜਿਹੜੀ ਸੇਵਿੰਗ ਸੀ ਸਾਡੀ ਖਤਮ ਹੋ ਗਈ। ਜਦੋਂ ਸਾਰੇ ਰਾਹ ਬੰਦ ਹੋ ਗਏ ਫਿਰ ਕੀ ਨਜ਼ਰ ਆਇਆ ਤੁਹਾਨੂੰ? ਫਿਰ ਕੰਪਨੀ ਬੰਦ ਹੋ ਗਈ, ਮੈਂ ਵਾਪਸ ਇੱਥੇ ਆਇਆ, ਆਪਣੇ ਹੋਮ ਟਾਊਨ ਆਇਆ। ਇੱਥੇ ਆ ਕੇ ਮੈਂ ਸੋਚਿਆ ਮੈਂ ਹੁਣ ਇੱਥੇ ਕੀ ਕਰੀਏ, ਕਿਸੇ ਨੂੰ ਜਾਣਦਾ ਵੀ ਨਹੀਂ ਸੀ। ਅਤੇ ਫਿਰ ਆਪਾਂ ਛੋਟਾ ਮੋਟਾ ਕੰਮ ਸ਼ੁਰੂ ਕੀਤਾ ਤਾਂ ਇੱਥੇ ਵੀ ਲੋਕਡਾਊਨ ਲੱਗ ਗਿਆ। ਅਤੇ ਬਿਲਕੁਲ ਹੀ ਮਤਲਬ ਕਿ ਲੋਕਡਾਊਨ ਲੱਗਣਾ ਬਿਲਕੁਲ ਹੀ ਇੱਕ ਹਿਸਾਬ ਲਓ ਡਾਰਕਨੈਸ ਆ ਗਈ, ਹਨੇਰਾ ਛਾ ਗਿਆ ਵੀ ਅੱਗੇ ਕੀ ਹੋਏਗਾ, ਮਿਆਦ ਤਾਂ ਕੋਈ ਹੈ ਹੀ ਨਹੀਂ ਹੈ ਲੋਕਡਾਊਨ ਦੀ, ਅੱਗੇ ਵਧਾਉਂਦੇ ਹੀ ਰਹਿੰਦੇ ਹੈ।
तो फिर मेरी बेटी ने मैनू सलाह दी तो यह आइडिया से कहती कि मम्मा छोले भटूरे बहुत अच्छे बनाती है क्यों ना असी छोले भटूरे बनाइए तो आप डिलीवर करिए। सू पहले तो यकीन नहीं होया कि इस तरह हो सकता है, पर इन्हें फेसबुक पर पेज बनाया और काफ़ी क्रिएटिव मतलब कि पोस्टा पाइया अच्छी पोस्टा पाइया तो सू पहले दिन तो ही ऑर्डर आने लग गए। पहले दिन ऑर्डर आया अच्छा लग्या, असी फिर अगले दिन फिर उही प्रोसीजर किया, चने वगैरह पिए तो सू डेली एक दो प्लेटा का ऑर्डर आने लग गया तो सू राह खुलते नज़र आए तो हूँ बाबे की कृपा है सही अच्छे ऑर्डर आए। जो बच्चे खासकर धियाँ इन्ना साथ दिंदियां होन उदों मन च की चलता? बहुत ही प्राउड फील होंदा जी, उस तो ज़्यादा प्राउड कभी फील होया ही नहीं। मतलब सानू तो एक रोज़गार ही देता क्योंकि जॉब जाने तो बाद कोई कित भी नौकरी नहीं सी तो इन्हें तो अपना ही काम खुलवा के देता तो बहुत प्राउड फील होंदा। बच्चे नाल भी गल करांगे। सत श्री अकाल भैने, की हाल है? ठीक हो? हाँ जी सर, ठीक है। अच्छा, जो अज के दौर आप देखते हैं कि बच्चे कहें कि पापा मैं आह चाहिए है, मैं इन्नी पॉकेट मनी चाहिए है, तो माइंड किमें आया कि मेरे परिवार की हालत इस वक्त ठीक नहीं तो मैं नाल खड़ना है? हाँ जी, वही सेविंग थोड़े थोड़े करके खत्म होती जा रही, पापा के चेहरे पर भी टेंशन सी, फिर सोचा कि अपनी फैमिली लिए कुछ किया जाए, आप जो भी मांगते हैं सानू मिल जाती वो चीज़, फिर भी फैमिली लिए कुछ ना कुछ करना होंगे तो मैं सोचा कि मम्मा छोले भटूरे बहुत वधिया बनाते हैं तो मम्मा छोले भटूरे बनाने तो पापा डिलीवर करा, मेरे दिल से आइडिया आया तो मैं सोचा कि लोगों तक क्यों किवें पहुँचना है क्योंकि शॉप भी नहीं साढ़े कोई भी, तो मैं सोचा क्यों ना असं ऑनलाइन बेचिए, तो ऑनलाइन मैं सोशल मीडिया से इंस्टाग्राम से फेसबुक से बल्ले बल्ले फूड करके पेज बनाया, क्रिएटिव पोस्ट पाइया, लोगों को बहुत वधिया लगन लगी, तो लोग ऑर्डर करते हैं तो साड़ी पैकिंग देखते हैं, जो साढ़े मतलब दुकान पर बैठे ने लोग उन्होंने मतलब चम्मच की नैपकिन की जरूरत होंगी है, असं बहुत वधिया पैकिंग देंगे तो उन्होंने बहुत पसंद आती है। तुम तीनों भैन हो है ना, आ जाओ अगे अगे आ जाओ। फिर मतलब पापा के मन से खुशी देख, पहला टेंशन सी और आइडिया दिता, अजक खुश ने देखो पूरे समाइल कर। हाँ जी हाँ जी बिल्कुल, हाँ जी पूरी फैमिली खुश है, अभी पूरी फैमिली मिलकर सब कुछ तैयार करते हैं, मम्मा पापा भैन मेरे दादी मामा पूरा सपोर्ट करते हैं। मतलब फैमिली कला कला बंदा दसो की करता है? मेरे मम्मा भठूरे बनाते हैं, पापा भठूरे तलते हैं, तो छोटे छोटे जिमें चटनी पैक करना, चटनी प्याज भैन कर दें ने फोन अटेंड मैं कर दी, जिमें होर भी छोटे छोटे मतलब काम होंगे दादी मामा भी हेल्प कराते हैं। हाँ जी। अच्छा भाई, वो जी गल आप कर रहे थे कि किसी घर अज के दौर एक धी हो जाए तो वो बाप में इन्नी टेंशन पै जाती है, तुम आ सारिया चीज़ा जो देख रहे हो समाज में भी देखते हो तो परिवार वाल भी देखते हो, की सोच की सोचते हो? कभी भी फर्क नहीं करना चाहिए, बेटे च धी च कोई फर्क नहीं है, बस यह है कि तुम अपने संस्कार अच्छे दो, उदी परवरिश अच्छी होए तो धियाँ भी अपने पुत्रां दे तो वध के ही कर दियाँ, घट नहीं कर दियाँ, तो अच्छा भी लगता है जदों असी सक्सैसफुल होंगे, बहुत अच्छा लगता है। बाकी बहुत परिवार ऐसे है जिन्हें च मतलब कि देखा है कि जिवें यदि फ्रेंड हैगी है तो उन्हें कहती है कि कभी भी साढ़े केक के उत्ते नाम नहीं हुंदा क्योंकि उन्होंने एक भरा है तो वह ही केक आंदा है। खैर असी तो कभी यहोजा ना ना कभी किया नहीं, इन्होंने फुल मतलब कि सपोर्ट की है हर चीज़, और एदा ही नतीजा है कि अज ए साड़ी सपोर्ट कर रही है जो गुरु जी सिखा के गए थे। हाँ जी, गुरु नानक देव जी कह गए आ सो क्यों बंदा आखिए जित जमे राजान, तो असी इन्हों बंदा किमें कह सकते हैं धियाँ राजे वर्गियाँ जी? वैसे हाँ जी, धियाँ राजे वर्गियाँ जी, राजे ही बना देंदियाँ जी, जिस घर पैदा होंदिया उन्होंने भी राजा बना देंदियाँ, तो जिस घर जाए उन्होंने भी राजा बना देंदियाँ जी। बिल्कुल, सो आ वीडियो मैं कई बार भावुक हो जाता, छोटी भैन की कहोगे डैडी नू जी कोई मन की गल अज तक नहीं कही और की कहना चाहो? नहीं नहीं, आप तो कुछ जो भी गल हो कह दें पापा नू। हाँ जी, पापा शुरू तो बहुत सपोर्ट करते हैं, उन्होंने हमेशा कहा कि जो भी तुम करोगे आपे नाल हाँ, उन्होंने कदम भी नहीं कहा कि तुम आ स्ट्रीम चूज़ ना करो, तुम आ पढ़ाई ना करो, उन्होंने कहा कि जो तुम पढ़ाई करनी है तुम करो, असं हाँ जी। हम अगह का की प्लैन है?
अगे तो मैं चाहनी हाँ कि मेरा रेस्टोरेंट खुले बल्ले बल्ले फूड के नाते ही तो मैं अगे बतावगी। बिल्कुल माता जी किधर चले गए इना आ जाओ ਤੁਹਾਡਾ ਤਾਂ ਸਾਰਾ ਇਹਨਾਂ ਦਾ ਟੈਲੈਂਟ ਹੈ ਹਨਾ। ਹਾਂਜੀ ਹਾਂਜੀ ਬਿਲਕੁਲ ਇਹਨਾਂ ਦਾ ਕੁੱਕ ਹੈ ਕੋਈ ਹੈ ਜੀ ਸਾਡੇ ਇਹ ਸਾਡੇ ਮਾਸਟਰ ਸ਼ੈਫ ਨੇ ਮਾਸਟਰ ਸ਼ੈਫ ਹੈ ਜਾਦੂ ਇਹਨਾਂ ਦੇ ਹੱਥਾਂ 'ਚ ਹੈ ਜੀ ਅਸੀਂ ਤਾਂ ਸਿਰਫ ਡਿਲੀਵਰ ਕਰਨ ਵਾਲੇ ਹਾਂ। ਅੱਛਾ ਜਦੋਂ ਔਡਰ ਪਹਿਲੀ ਵਾਰ ਕਿਸੇ ਦੇ ਤੁਸੀਂ ਪਹੁੰਚਾਇਆ ਤੇ ਕਸਟਮਰ ਦਾ ਰਿਐਕਸ਼ਨ ਕੀ ਸੀਗਾ? ਉਹਨੇ ਅੱਛਾ ਕਹਿੰਦਾ ਬਹੁਤ ਅੱਛਾ ਹੈ ਉਹਨੇ ਖਾਧਾ ਸਵਾਦ ਹੈ ਅਤੇ ਹੁਣ ਸਾਨੂੰ ਬੜੇ ਕਮੈਂਟ ਆਉਂਦੇ ਆ ਹੁਣ ਤਾਂ ਸਾਡੇ ਫੇਸਬੁੱਕ ਪੇਜ 'ਤੇ ਵੀ ਦੇਖ ਸਕਦੇ ਹੋ ਬਹੁਤ ਅੱਛੇ ਅੱਛੇ ਕਮੈਂਟ। ਅੱਛਾ ਇੱਕ ਚੀਜ਼ ਹੋਰ ਜਿਹੜੀ ਬਹੁਤ ਉਮਦਾ ਕੀਤੀ ਤੁਸੀਂ ਕੋਵਿਡ ਦੌਰ ਦੇ ਵਿੱਚ ਜਦੋਂ ਕੋਈ ਪੇਸ਼ੈਂਟ ਨੂੰ ਹੱਥ ਲਾ ਕੇ ਰਾਜ਼ੀ ਨਹੀਂ ਉਹ ਵਿਚਾਰਾ ਭੁੱਖ ਕਰਕੇ ਵੀ ਤੜਫ ਰਿਹਾ ਹੁੰਦਾ ਦਵਾਈਆਂ ਲਈ ਵੀ ਤੁਸੀਂ ਉਹਦੇ ਤੱਕ ਖਾਣਾ ਵੀ ਪਹੁੰਚਾਇਆ? ਹਾਂਜੀ ਸਰ ਸਾਡੇ ਇੱਕ ਕਸਟਮਰ ਹੈਗੇ ਸੀ ਸਾਡੇ ਸੱਜਣ ਅਨੂਪ ਲੂਥਰਾ ਜੀ ਹੈਗੇ ਉਹਨਾਂ ਨੇ ਸਾਡੇ ਕੋਲ ਭਟੂਰੇ ਮੰਗਵਾਏ ਸੀ ਜੀ ਅਤੇ ਉਹਨਾਂ ਨੇ ਭਟੂਰਿਆਂ ਦੀ ਪ੍ਰੈਪਰੇਸ਼ਨ ਦੇਖੀ ਉਹਦੇ ਬਾਅਦ ਟੇਸਟ ਦੇਖਿਆ ਉਹਨਾਂ ਨੂੰ ਅੱਛਾ ਲੱਗਿਆ ਅਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਅਤੇ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ। ਉਹਨਾਂ ਨੇ ਬੁਲਾਇਆ ਮੈਨੂੰ ਅਤੇ ਕਹਿੰਦੇ ਜੀ ਤੁਹਾਡੇ ਭਟੂਰੇ ਬੜੇ ਸਵਾਦ ਸੀ ਅਤੇ ਤੁਹਾਡੀ ਪੈਕਿੰਗ ਅੱਛੀ ਅਤੇ ਸਾਡਾ ਅਸੀਂ ਸੇਵਾ ਕਰਨਾ ਚਾਹੁੰਦੇ ਹਾਂ ਜਿਹੜੇ ਕਰੋਸ਼ਨਾ ਦੇ ਪੇਸ਼ੈਂਟ ਹੈਗੇ ਉਹਨਾਂ ਨੂੰ ਅਸੀਂ ਖਾਣਾ ਡਿਲੀਵਰ ਕਰਨਾ ਚਾਹੁੰਦੇ ਹਾਂ ਅਤੇ ਤੁਸੀਂ ਕਰ ਸਕਦੇ ਹੋ? ਪਹਿਲੇ ਤਾਂ ਅਸੀਂ ਸੋਚਿਆ ਵੀ ਕਰੋਨਾ ਦੇ ਪੇਸ਼ੈਂਟ ਨੂੰ ਕਿਵੇਂ ਅਸੀਂ ਜਾ ਸਕਦੇ, ਫਿਰ ਵੀ ਕਰੋਨਾ ਦੇ ਕਰਕੇ ਹੀ ਮੇਰੀ ਜੋਬ ਗਈ ਸੀ ਸਿੱਧੀ ਜੀ ਗੱਲ। ਅਤੇ ਅਸੀਂ ਸੋਚਿਆ ਕਿ ਅਸੀਂ ਅੱਗੇ ਨਾ ਆਈਏ ਤਾਂ ਕੋਈ ਵੀ ਅੱਗੇ ਨਹੀਂ ਆਏਗਾ, ਹਰ ਕਿਸੇ ਨੂੰ ਪਹਿਲ ਤਾਂ ਕਰਨੀ ਹੀ ਪਏਗੀ। ਅਤੇ ਉਹਨਾਂ ਨੇ ਪੂਰੀ ਸਾਡੀ ਸਪੋਰਟ ਕੀਤੀ ਅਨੂਪ ਲੂਥਰਾ ਜੀ ਨੇ ਅਤੇ ਅਸੀਂ ਘਰ ਆਪਣੇ ਟਿਫਿਨ ਤਿਆਰ ਕਰੀਦਾ ਕਰੋਨਾ ਪੇਸ਼ੈਂਟ ਦਾ, ਇੱਕ ਦਾਲ, ਇੱਕ ਸਬਜ਼ੀ, 4 ਪ੍ਰਸ਼ਾਦੇ ਅਤੇ ਸੈਲਡ। ਅਤੇ ਜਿੱਥੇ ਵੀ ਕਰੋਨਾ ਦੇ ਪੇਸ਼ੈਂਟ ਹੁੰਦੇ ਆ ਚਾਹੇ ਉਹ ਹੋਮ ਆਈਸੋਲੇਟ ਹੋਣ ਜਾਂ ਹੋਸਪਿਟਲ 'ਚ, ਅਤੇ ਕੰਟੈਕਟਲੈਸ ਲੈਸ ਡਿਲੀਵਰੀ ਹੁੰਦੀ ਹੈ ਸਾਡੀ, ਅਸੀਂ ਜਾ ਕੇ ਅਗਲੇ ਨੂੰ ਫੋਨ ਕਰ ਦਈਦਾ ਵੀ ਟੇਬਲ ਜਾਂ ਕੁਰਸੀ ਦਰਵਾਜ਼ੇ 'ਚ ਰੱਖਦੇ, ਅਸੀਂ ਟਿਫਿਨ ਰੱਖ ਕੇ ਆ ਜਾਈਦਾ ਅਤੇ ਇਹ ਜਿਹੜੀ ਵੀ ਸੇਵਾ ਕਰ ਰਹੇ ਉਹਨੂੰ ਬਲੂਥਰਾ ਜੀ ਕਰ ਰਹੇ ਆ। ਅੱਛਾ ਬਾਈ ਜੀ, ਤੁਹਾਡੇ ਸਵਾਦ ਦਾ ਇੱਕ ਕਾਰਨ ਮੈਂ ਵੀ ਨੋਟ ਕੀਤਾ ਕਿ ਮਤਲਬ ਮਾਤਾ ਹੋਣੀ ਜਦੋਂ ਬਣਾਉਂਦੇ ਨੇ ਨਾਲ ਵਾਹਿਗੁਰੂ ਦਾ ਜਾਪ ਚੱਲ ਰਿਹਾ ਹੁੰਦਾ, ਬਾਣੀ ਦਾ ਚੱਲਦਾ ਜੀ, ਸਵੇਰ ਤੋਂ ਲੱਗ ਜਾਂਦੀ ਹੈ ਜੀ ਬਾਣੀ ਅਤੇ ਜਦੋਂ ਤਿਆਰ ਹੋ ਰਹੇ ਹੁੰਦੇ ਸਾਰਾ ਬਾਣੀ ਚੱਲਦੀ ਰਹਿੰਦੀ ਹੈ ਜੀ। ਬਾਣੀ ਦਾ ਅਸਰ ਹੈ? ਹਾਂਜੀ ਬਾਣੀ ਦਾ ਪੂਰਾ ਅਸਰ ਹੈ ਜੀ ਅਤੇ ਧੰਨ ਗੁਰੂ ਰਾਮਦਾਸ ਜੀ ਪੂਰੀ ਕਿਰਪਾ ਹੋਈ ਪਈ ਹੈ ਜੀ। ਪਰਿਵਾਰ ਦੇ ਸਰਪ੍ਰਸਤ ਦਾਦੀ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਦਾਦੀ ਸਤਿ ਸ਼੍ਰੀ ਅਕਾਲ, ਠੀਕ ਹੋ? ਹਾਂਜੀ ਠੀਕ ਹੈ। ਬਹੁਤ ਸੋਹਣਾ ਪਰਿਵਾਰ ਤੁਹਾਡਾ, ਸੰਸਕਾਰ ਦੇਖਦੇ ਜਿਹੜੇ ਤੁਸੀਂ। ਹਾਂਜੀ ਬਹੁਤ ਪਿਆਰੇ ਬੱਚੇ ਸਾਡੇ, ਹਾਂਜੀ ਸਾਨੂੰ ਬਹੁਤ ਮਾਣ ਹੈ ਇਹਨਾਂ 'ਤੇ ਕਿ ਸਾਡੇ ਵੀ ਮੁੰਡੇ ਇੰਨਾ ਨਹੀਂ ਕੰਮ ਕਰਦੇ ਜਿੰਨਾ ਇਹ ਸਾਡੀਆਂ ਬੇਟੀਆਂ ਕਰਨ ਡਈਆਂ ਨੇ। ਦੂਜੀਆਂ ਦੋ ਨੇ ਉਹ ਗੱਤਕਾ ਸਿੱਖਦੀਆਂ, ਸੋਹਣਾ ਕਰਦੀਆਂ ਨੇ, ਉਹ ਵੀ ਬਹੁਤ ਸੋਹਣਾ ਕੰਮ ਆ ਅਤੇ ਇਹਨੇ ਤਾਂ ਸਭ ਤੋਂ ਵਧੀਆ ਕਰ ਦਿੱਤਾ, ਸਾਨੂੰ ਬਹੁਤ ਗਰਵ ਆ ਇਹਨਾਂ ਦੇ ਉੱਤੇ। ਸਭ ਤੋਂ ਜ਼ਿਆਦਾ ਪਿਆਰ ਇਹਨਾਂ ਨੂੰ ਕਰਦੇ ਹਾਂ, ਇਹ ਤਾਂ ਜਾਨ ਮੰਗਣ ਤੋਂ ਮੈਂ ਜਾਨ ਵੀ ਦੇਣ ਨੂੰ ਤਿਆਰ ਹਾਂ। ਹਾਂ ਅੱਜ ਕੱਲ੍ਹ ਤਾਂ ਬਾਹਲੇ ਘਰਾਂ 'ਚ ਦਾਦੀ ਕਲੇਸ਼ ਇਸ ਗੱਲੋਂ ਆ ਵੀ ਦਾਦੀ ਕਹਿੰਦੀ ਮੈਨੂੰ ਪੋਤੇ ਦਾ ਮੂੰਹ ਦਿਖਾਓ, ਪੋਤੇ ਦਾ ਮੂੰਹ ਦਿਖਾਓ। ਮੈਨੂੰ ਕੋਈ ਨਹੀਂ ਆ, ਮੈਨੂੰ ਜਦੋਂ ਵੀ ਇਹ ਬੇਟੀ ਹੋਈ ਆ ਮੈਨੂੰ ਸਗੋਂ ਖੁਸ਼ੀ ਹੋਈ ਆ, ਗਮੀ ਨਹੀਂ ਹੋਈ, ਖੁਸ਼ੀ ਹੋਈ ਆ। ਸਗੋਂ ਸਾਡੇ ਆਸ ਪੜੋਸ ਵਾਲਿਆਂ ਨੇ ਕਿਹਾ ਵੀ ਬੇਟੀ ਆ ਗਈ, ਮੈਂ ਕਿਹਾ ਕੋਈ ਗੱਲ ਨਹੀਂ ਲਕਸ਼ਮੀ ਆਈ ਆ ਸਾਡੇ ਘਰ, ਲਕਸ਼ਮੀ ਆਈ ਆ। ਅਤੇ ਜਦੋਂ ਦੀ ਇਹ ਹੋਈਆਂ ਸਾਡੇ ਘਰ ਰੇਲ ਪੇਲ ਆ, ਵਧੀਆ ਕੰਮ ਆ ਸਾਰਾ, ਸੋਹਣਾ ਵਾ ਅਤੇ ਬਹੁਤ ਖੁਸ਼ੀ ਖੁਸ਼ ਪਰਿਵਾਰ ਆ ਸਾਡਾ। ਤੁਹਾਡੀ ਗੱਲ ਠੀਕ ਆ ਵੀ ਲਕਸ਼ਮੀ ਆਈ ਆ ਘਰ? ਹਾਂ ਲਕਸ਼ਮੀ ਆਈ ਆ, ਹਾਂ ਸੋਹਣਾ ਚੱਲਣ ਡਿਆ। ਬਚਪਨ ਤੋਂ ਤੁਹਾਡੇ ਨਾਲ ਬਹੁਤ ਪਿਆਰ ਸੀਗਾ? ਬਹੁਤ ਜ਼ਿਆਦਾ ਬਚਪਨ ਤੋਂ, ਇਹ ਅਜੇ 6 ਮਹੀਨੇ ਦੀ ਸੀ ਜਦੋਂ ਮੈਂ ਇਹਨੂੰ ਲੈ ਕੇ ਕਦੀ ਕਿਤੇ ਚੱਲ ਜਾਣਾ, ਕਦੀ ਇਹਨੂੰ ਚੁੱਕ ਕੇ ਲੈ ਜਾਂਦੀ ਹੁੰਦੀ ਸਾਰਾ ਸਾਰਾ ਦਿਨ, ਕਦੀ ਇਹਦੇ ਨਾਨਕੇ ਲੈ ਜਾਣਾ ਅਤੇ ਇਹ ਮੇਰੇ ਕੋਲ ਹੀ ਰਹੀ ਆ ਜ਼ਿਆਦਾ। ਪੰਜਾਬ ਆਉਣਾ ਅਤੇ 10-10-15-15 ਦਿਨ ਇਹਨੇ ਮੇਰੇ ਨਾਲ ਹੀ ਰਹਿਣਾ, ਛੋਟੀ ਨਹੀਂ, ਬਚਪਨ ਤੋਂ ਹੀ ਜ਼ਿਆਦਾ ਪਿਆਰ ਰਿਹਾ ਮੇਰਾ ਇਹਦੇ ਨਾਲ, ਬਹੁਤ ਜ਼ਿਆਦਾ ਸਹੀ। ਹੁਣ ਜਦੋਂ ਇੰਨੀ ਮਿਹਨਤ ਕਰਦੇ ਵੇਖਦੇ ਹੋ, ਤੁਸੀਂ ਵੀ ਨਾਲ ਕਰਦੇ ਹੋ ਮਿਹਨਤ, ਕਿ ਬੱਚੇ ਜਦੋਂ ਅੱਖਾਂ ਸਾਹਮਣੇ ਬੈਠੇ ਇੰਨੀ ਮਿਹਨਤ ਕਰ ਰਹੇ ਹੁੰਦੇ ਆ? ਹਾਂ ਤਾਂ ਖੁਸ਼ੀ ਹੁੰਦੀ ਆ, ਚਲੋ ਮਿਹਨਤ ਕਰਕੇ ਆਪਣਾ ਗੁਜ਼ਾਰਾ ਤਾਂ ਕਰਨ ਡਏ ਆ, ਭੁੱਖੇ ਤਾਂ ਨਹੀਂ ਮਰਦੇ, ਕਿਸੇ ਦੇ ਅੱਗੇ ਹੱਥ ਤਾਂ ਨਹੀਂ ਡਾਉਂਦੇ, ਕਿਸੇ ਦੇ ਅੱਗੇ ਹੱਥ ਫਲਾਵਾਂਗੇ, ਲੋਕ ਛੱਤੀ ਗੱਲਾਂ ਕਰਦੇ ਆ, ਆਪਣੀ ਮਿਹਨਤ ਕਰਕੇ ਆਪਣਾ ਪੇਟ ਪਾਲਣ ਡਏ ਆ ਅਤੇ ਬਹੁਤ ਖੁਸ਼ੀ ਹੁੰਦੀ ਆ ਸਾਨੂੰ, ਚਲੋ ਚੰਗਾ ਵਾ
काम मिलिया वा। हाँ तो जो भुखे मरते ही तो सानू भी दुख सी भी कितों खाणगे किदा करे कल तीन तीन धियां ने किदा व्याहुणियां ने अं कि करना वा हूँ सानू बहुत गर्व है इन्हों से। वो तो है चलो जन्ना साढ़े को सरेगा अं भी करा एक गल साबित करती भी लख तुसी जो मर्जी खबर देख लो जो मर्जी पर कुड़ियां अजकल मुंडिया के बराबर ने मुंडिया के बराबर मुंडिया तो भी उत्ते ने अं तो उत्ते समझते मुंडिया तो साढ़े वो तीन बेटे उन्ना सा लगाव नहीं है इन्ना जिन्ना इन्हों है चलो वह भी बच्चे गुस्सा कर जाना उन्होंने नहीं वह भी बच्चे है साढ़े यहोजी गल नहीं है पर जिद को प्यार ज्यादा होंगे अगे का फिर की प्लैन है अगे तो मेरा रेस्टोरेंट का ही सपना है तो मैं जरूर पूरा करांगी। हाँ जी बहुत वधिया लगा। अच्छा जेडे वीडियो देख रहे हो तुहाडे तक संपर्क करना हो खासकर बटाले वालिया ने तो किवें करन की नंबर है साडा बल्ले बल्ले फूड गूगल पर भी सर्च कर सकते हो तो फेसबुक इंस्टा पर पेज हैगा बाकी साडा मोबाइल नंबर हैगा जी अपना मोबाइल नंबर हैगा 7901818801 790-1818-801। एक तो गल कही सी आप थले गलबात कर रहे थे कहते जो पुत होंगे उन्हें तो पी के हाँ जी मैं पहले कई कहें भी तेरे मुंडा नहीं है कुड़िया कुड़िया मैं कहता जी चलो कोई गल नहीं कुड़िया है घट्टो घट पी के गाला तो नहीं क्डन गिया तो वो मजाक में गल चल दिया सी पर वो हकीकत भी है कितने ना कितने। हाँ जी पुत वंडा जमीन धियाँ दुख वंडा। हाँ जी ए लाइन पूरी फिट होंगी है जी। हाँ जी चलो बहुत बहुत धन्यवाद अखीर जो लोग थानू देख रहे हो कहने कभी भी हिम्मत नहीं हारनी चाहिए परमात्मा अगर एक राह बंद करता है तो दस होर खोलता है बस सही पहचान तुसी करनी होंगी है तो जो बंदे को कोई ऑप्शन होए ना तो जो भी ऑप्शन मिले उन्हें कर ले ए ना देखे कि यह काम छोटा है बड़ा है परमात्मा ने कित्थे किवें की खेड रचाई है सानू नहीं पता क्योंकि मैं खुद बार रेहड़ी लगाई जो तो मैं लॉकडाउन चो बाद आया तो कुछ नहीं सी रेहड़ी लगाती कोई ऑप्शन ही नहीं सी मेरे को पर परमात्मा ने कुछ होर लिखा सी ते आज सी अपना रेस्टोरेंट खोलिया ते तरक्की है जी तरक्की है बिल्कुल। तुहानू मोटिवेशन कित्थों मिलदी है मतलब क्योंकि कई बार ये हुंदा आपां डाउन फील करदे आ एनर्जी नहीं रहिंदी हैगी तुहाडे चेहरे ते समाइल आ पूरी ऐ लगदा कि कदी कोई दुख देखा ही ना होवे इन्नी मोटिवेशन कित्थों पापा तो ही मिलती है। हाँ जी जी जो है पापा ही है पापा साडे लई बहुत कुछ करदे आ ते असीं शुरू तो पापा नूं ही वेख्या ते पापा तो ही मिलती रहिंदी है। हाँ जी पापा ने मेहनत बहुत कीती बहुत ज़्यादा। हाँ जी हाँ जी वो एक करोना तो जॉब चल गई सी बाद चे पापा ने रेहड़ी भी लाई तो तद भी लॉकडाउन लग गया फिर बाद चे सानू आ छोटा जिहा अपना स्टार्टअप शुरू करना पिया तो इहदे नाल आप बहुत खुश हाँ। अच्छा कुछ लोग ने उन्होंने वीडियो तो एनर्जी भी मिलेगी मोटिवेशन भी मिलेगी पर निराश हो जाते हैं तुहाडे को आखिरी सवाल यही जेडे मतलब कुछ लोग निराश हो जाते लाइफ के तुसी की कहना चाहते हो। नहीं निराश तो नहीं होना चाहिए मतलब कुछ ना कुछ करते रहना चाहिए जे आप मतलब कुछ भी ना करिए फिर तो इदा काम नहीं चलना तो आप जो दौड़ नहीं सकते तुरो तुसी तुर नहीं सकते तो घट्टो घट्ट रिड़ो। हाँ जी आप इदा ही स्टार्ट किया सानू भी पहले उम्मीद नहीं सी कि मतलब थोड़ी बहुत ही सी कि कोई आएगा ऑर्डर तो सच्ची आया तो सानू बहुत खुशी हुई। हाँ जी बहुत बहुत धन्यवाद। सो ये है बटाले का परिवार जिहड़ा कि बल्ले बल्ले फूड करके भी मशहूर है गल्लां भी तुसी देखियां जिंदगी बहुत सारे मोड़ां तो जिंदगी एक यात्रा है तो यात्रा च बहुत सारे पहलू जुड़ जाते हैं जो तो इन्ना खूबसूरत पहलू जुड़े तो माण भी हुंदा है कि हाँ पंजाब च जिहे परिवार भी ने जिथे इन्नी वड्डी सोच तो कामयाबी उस वड्डी सोच दे नाल आप ही जुड़ जाती है। अपने सहयोगी रविशंकर दे नाल करन शर्मा अखर दे लई।